नाभा में हुई लूट असल में एक प्राइवेट इंडिगो कार से एसबीआई बैंक अनाज मंडी नाभा में कैसे लाया गया था और गाड़ी बैंक के बाहर खड़ी कर इंडिगो सवार तीन बैंक कर्मियों में से एक बैंक के अंदर से एक और कर्मचारी को बुलाने गया और डिग्गी खोलकर जैसे ही कैश निकालने लगे तो जो बताया जा रहा है उसके मुताबिक दो लोग बाइक सवार आए, एक नई गाड़ी चालक के गर्दन पर पिस्टल तान दी और दूसरा कैश लूटने लगा तो विरोध कर रही गार्ड प्रेमचंद को बिल्कुल नजदीक से दिल के पास गोली मार दी और लुटेरे 50 लाख कैश लेकर फरार हो गए। घायल गार्ड प्रेमचंद को अस्पताल में भर्ती कराया गया जिसकी हालत गंभीर होने के चलते उसकी मौत हो गई। नाभासी एस के शर्मा, आजाद टीवी न्यूज। स्टेट बैंक ऑफ इंडिया नाभा ब्रांच दे एक बैंक मैनेजर एक उन्होंने नाल सिक्योरिटी गार्ड उसी दो मोटरसाइकिल पर अननोन बंदे आए उन्होंने एक उसके गार्ड के उपर फायर करके जिहड़ा पैसे वाला बैग है वो लेके दौड़ गए ਉਹਦੇ ਵਿੱਚ ਉਹਨੂੰ ਅੱਗੇ ਜਿਹੜਾ ਪਤਾ ਨਹੀਂ ਗਾਰਡ 'ਤੇ ਗੋਲੀ ਲੱਗੀ ਆ ਉਹਦੀ ਰਾਈਫਲ ਵੀ ਉਹ ਅੱਗੇ ਲੈ ਗਈ ਉਹਦੇ ਵਿੱਚੋਂ ਉਹਦਾ ਬੱਟ ਡਿੱਗ ਪਿਆ ਅਤੇ ਅਸੀਂ ਇਹਦੇ ਵਿੱਚ ਉਹਨੂੰ ਮੌਕੇ 'ਤੇ ਸਾਰੇ ਅਫਸਰ ਪਹੁੰਚ ਗਏ ਅਸੀਂ ਇਹਨੂੰ ਇਹਦੀ ਪੜਤਾਲ ਕਰਕੇ ਅਤੇ ਅੱਗੇ ਅਸੀਂ ਕਿੰਨੇ ਲੱਖ ਦੀ ਰੁਪਏ ਲੱਗ ਜਿਹੜਾ ਹੁਣ ਮੁੱਢਲੇ ਤੌਰ 'ਤੇ ਦੱਸਿਆ ਉਹ ਦੱਸਿਆ ਵੀ 50 ਲੱਖ ਰੁਪਇਆ ਸੀ ਉਹਦੇ ਵਿੱਚ ਪਰ ਹਜੇ ਚੈੱਕ ਕਰਨਾ ਬਾਕੀ ਆ ਬੈਂਕ ਵਾਲੇ ਜਦੋਂ ਸਾਰਾ ਚੈੱਕ ਕਰਦੇ ਕਿਉਂਕਿ ਕਢਾ ਕੇ ਦੂਸਰੀ ਬ੍ਰਾਂਚ ਦੇ ਵਿੱਚੋਂ ਇੱਥੇ ਲੈ ਕੇ ਸਰਾਧ ਵੀ ਮਿਲੇ ਨੇ ਸਰ ਜਿਵੇਂ CCTV ਅਤੇ ਹੋਰ ਕੋਈ ਸਰਾਧ ਦੀ ਇਹ ਦੇਖੋ ਹਜੇ ਨਾ ਜੀ ਕ੍ਰਾਈਮ ਹੋਇਆ ਹਜੇ ਅਸੀਂ ਬਹੁਤ ਸਾਰੇ ਆਪਦੀ ਪੁਲਿਸ 'ਤੇ ਕੰਮ ਕਰਨਾ ਅਸੀਂ ਆਪਦਾ ਇਹਨੂੰ ਜਿਵੇਂ ਕਿ ਬਾਕੀ ਨਾਭੇ ਦੇ ਵਿੱਚ ਪਿਛਲੇ 3 ਮਹੀਨਿਆਂ 'ਚ 4 ਮੇਜਰ ਕ੍ਰਾਈਮ ਹੋਏ ਅਤੇ 4 ਅਸੀਂ ਟ੍ਰੇਸ ਕਰਨ 'ਚ ਕਾਮਯਾਬ ਹੋਏ ਹਾਂ। ਮੈਨੂੰ ਉਮੀਦ ਹੈ ਅਸੀਂ ਇਹਦੇ 'ਚ ਪੂਰਾ ਜ਼ੋਰ ਲਾਵਾਂਗੇ ਜਿਹੜੇ ਬੰਦਿਆਂ ਨੇ ਇਹ ਘਿਨੌਣਾ ਕੰਮ ਕੀਤਾ ਇੱਕ ਲੁੱਟ ਕਰਨਾ ਅਤੇ ਇੱਕ ਜਿਹੜੀ ਗੋਲੀ ਲੱਗਦੀ ਹੈ ਜਿਹੜਾ ਕਿ ਆਪਦੀ ਰੋਟੀ ਰੋਜ਼ੀ ਲਈ ਨੌਕਰੀ ਕਰ ਰਿਹਾ ਉਹਦੇ ਗੋਲੀ ਲੱਗਣਾ ਬਹੁਤ ਮਾੜਾ ਸਾਡੇ ਲਈ ਚੈਲੰਜ ਦੇ ਤੌਰ 'ਤੇ ਹੈ। ਅਸੀਂ ਇਹਨੂੰ ਪੂਰਾ ਜ਼ੋਰ ਲਾ ਕੇ ਇਹਨੂੰ ਟ੍ਰੇਸ ਵੀ ਕਰਾਂਗੇ ਅਤੇ ਪੈਸੇ ਵੀ